ਬਾਹਰ ਅਸੀਂ ਤਾਂ ਅੰਦਰ ਡਿਊਟੀ ਪਰ ਸੀ ਬਾਹਰ ਜਿਸ ਟਾਈਮ ਰੋਲਾ ਗੋਲਾ ਪਿਆ ਨਾ ਉਸ ਟਾਈਮ ਅਸੀਂ ਭੱਜ ਕੇ ਆਇਆ ਤਾਂ ਇੱਕ ਬੱਚੇ ਜਿਹੜੀ ਇੱਥੇ ਡੈੱਡ ਬੋਡੀ ਪਈ ਹੋਈ ਸੀ ਜਦ ਦੇਖ ਸਾਨੂੰ ਬਾਹਰ ਵੀ ਸੁਣਨੇ ਜਾ ਕੇ ਇਹੀ ਮਿਲਿਆ ਕਹਿੰਦੇ ਕੁੜੀ ਮੁੰਡਾ ਆਪਸ ਵਿੱਚ ਟਕਰਾਏ ਆ ਪਿੱਛੋਂ ਕਹਿੰਦੇ ਟੈਂਕੀ ਆਈ ਹੈ ਟੈਂਕੀ ਟੱਪ ਕੇ ਗਈ ਹੈ ਉਹ ਟੈਂਕੀ ਵਾਲਾ ਖੜਿਆ ਵੀ ਹੈ ਨਹੀਂ ਉਹ ਨਿਕਲ ਗਿਆ ਬਸ ਐਨੀ ਕੀ ਗੱਲ ਸਾਨੂੰ ਪਤਾ ਚੱਲੀ ਬਾਕੀ ਅਸੀਂ ਜਿੱਦਾਂ ਵੀ ਆ ਇੱਥੇ ਜਿਹੜਾ ਐਕਸੀਡੈਂਟ ਹੋਇਆ ਕੋਈ ਡੈਥ ਹੋਈ ਕਿਆ ਹੋਇਆ ਡੈਥ ਹੋ ਗਈ ਜੀ ਇੱਕ ਬੱਚੇ ਔਨ ਦੀ ਸਪੋਟ ਔਨ ਦੀ ਸਪੋਟ ਡੈਥ ਹੋ ਗਈ ਕਿਉਂਕਿ ਉਹਦੇ ਸਿਰ ਪਰ ਹੈ ਜੋ ਟਾਇਰ ਚੜ ਗਿਆ ਟੈਂਕੀ ਦਾ ਕਾਲਜ ਦਾ ਸਟੂਡੈਂਟ ਹੈ ਅਰਸ਼ਦੀਪ ਨਾਮ ਹੈ ਜੀ ਉਹਦਾ ਐਡਰੈਸ ਉਹਦਾ ਆਧਾਰ ਕਾਰਡ ਮਿਲਿਆ ਪਰਸ ਦੇ ਵਿੱਚੋਂ ਜੋ ਵੀ ਡਾਕੂਮੈਂਟ ਦੇ ਅਸੀਂ ਉਹਦੇ ਬੇਸ ਤੇ ਉਹਦਾ ਨਾਮ ਵਗੈਰਾ ਜੋ ਵੀ ਦਾ ਅਸੀਂ ਦੱਸਿਆ ਅਰਸ਼ਦੀਪ ਮੁੰਡੇ ਦਾ ਨਾਮ ਹੈ ਅਰਸ਼ਦੀਪ ਸਿੰਘ ਸਾਨੋ ਸ਼੍ਰੀ ਸਤਪਾਲ ਸਿੰਘ ਰਹਿਣ ਵਾਲਾ ਨੰਗਲੀ ਭਨੂਪਲੀ ਦਾ ਜੀ ਬਸ ਇੰਨਾ ਕੀ ਹੈ ਸਾਨੂੰ ਸਵਾਲਕ ਜੀ ਪੜਦੇ ਜੀ ਸਾਨੂੰ ਤਾਂ ਕਿਸੇ ਦਾ ਫੋਨ ਗਿਆ ਜੀ ਇੱਥੋਂ ਤੁਹਾਡੀ ਬੇਟੀ ਦਾ ਐਕਸੀਡੈਂਟ ਹੋ ਗਿਆ ਯਾਰ ਜਲਦੀ ਆ ਜਾ ਉਹ ਗੱਡੀ ਵਾਲਾ ਸਾਈਡ ਮਾਰ ਗਿਆ ਕਹਿੰਦੇ ਕਿੱਦਾਂ ਪਤਾ ਲੱਗੇ ਕਿੱਦਾਂ ਛੜਾ ਕੀ ਹਾਲਾਤ ਬੇਟੀ ਦੇ ਬੇਟੀ ਠੀਕ ਹੈ ਜੀ ਥੋੜਾ ਦੰਦ ਫੈਕਚਰ ਹੋ ਗਿਆ ਜੀ ਕਹਿੰਦੇ ਲੱਤ ਦੇ ਸੱਟ ਹੈ ਕਿਸ ਕੱਲ ਤੇ ਗਈ ਸੀ ਐਕਟਿਵਾ ਤੇ ਤੇ ਹੋਰ ਪਤਾ ਲੱਗੇ ਉਹ ਸੱਚ ਕੀ ਕਹਿੰਦੇ ਨਹੀਂ ਜੀ ਤਿੰਨ ਆਰਐਸਏ ਆਏ ਆ ਉਹਨਾਂ ਵਿੱਚੋਂ ਇੱਕ ਬ੍ਰੌਡ ਡੈਡ ਲੈ ਕੇ ਆਏ ਆ ਅਤੇ ਦੋ ਨੂੰ ਇੰਜਰੀਜ਼ ਹੈਗੀਆਂ ਨੇ ਅਤੇ ਉਹਨਾਂ ਨੂੰ ਆਪਾਂ ਹੁਣ ਰੈਫਰ ਕਰਕੇ ਫਿਰ ਉਹਨਾਂ ਦਾ ਅੱਗੇ ਟ੍ਰੀਟਮੈਂਟ ਕਰਵਾਵਾਂਗੇ ਨਾਮ ਨੂੰ ਕੀ ਹੈ ਇੱਕ ਹੈ ਰਜਤ ਕੁਮਾਰ ਸਨ ਆਫ ਅਨਿਲ ਕੁਮਾਰ ਇੱਕ ਹੈ ਸ਼ਿਵਾਂਗੀ ਡਾਟਰ ਆਫ ਯਸ਼ਪਾਲ ਇੱਕ ਹੈ ਅਰਸ਼ਦੀਪ ਸਿੰਘ ਸਨ ਆਫ ਸਤਪਾਲ ਅਰਸ਼ਦੀਪ ਸਿੰਘ ਫੋਨ ਮਿਲਿਆ ਸੀ ਮਸੂਲ ਹੋਇਆ ਐਕਸੀਡੈਂਟ ਹੋਇਆ ਮੌਜੂ ਵਾਲਾ ਰੋਡ 'ਤੇ ਅਤੇ ਅਸੀਂ ਪ੍ਰਾਂਤ ਉੱਤੇ ਪੁੱਜੇ ਹਾਂ ਹੁਣ ਸਾਨੂੰ ਇੱਥੇ ਪਤਾ ਲੱਗਿਆ ਵੀ ਜਿਹੜੇ ਬੰਦੇ ਇੰਜਰਡ ਹੈਗੇ ਉਹਨਾਂ ਨੂੰ 108 ਐਂਬੂਲੈਂਸ ਹੋਸਪਿਟਲ ਲੈ ਗਏ ਅਤੇ ਹੁਣ ਮੌਕੇ 'ਤੇ ਜਿਹੜੀਆਂ ਦੋ ਸਕੂਟਰੀਆਂ ਇੱਥੇ ਖੜੀਆਂ ਹੈਗੀਆਂ ਇੰਜਰਡ ਬੰਦਿਆਂ ਦੀਆਂ ਅਤੇ ਹੁਣ ਹੋਸਪਿਟਲ ਜਾ ਕੇ ਜਿਹੜਾ ਅੱਗੇ ਚੈੱਕ ਕਰਕੇ ਜੋ ਵੀ ਹੋਇਆ ਕਿੰਨੇ ਜਾਣੇ ਸੀਗੇ ਜੀ ਕਿਹੜੀਆਂ ਕਿਤੇ ਕਿਹਦਾ ਐਕਸੀਡੈਂਟ ਹੋਇਆ ਪਤਾ ਲੱਗਿਆ ਬਈ ਦੋ ਲੜਕੇ ਇੱਕ ਲੜਕੀ ਇਹਨੂੰ ਪਤਾ ਲੱਗਿਆ ਕੋਈ ਵੱਡੀ ਗੱਡੀ ਸੀ ਜਿਹੜੀ ਨੰਗਲ ਸਾਈਡ ਨੂੰ ਜਾਂਦੀ ਸੀ ਉਹ ਉਹਨੇ ਸਾਈਡ ਮਾਰੀ ਆ ਮੇਰਾ ਉਹਦਾ ਨੰਬਰ ਕਿਸੇ ਨੇ ਕੋਈ ਨੁਕਸਾਨ ਵੀ ਜਾਨੀ ਨੁਕਸਾਨ ਇਹਦਾ ਹਾਲਾਤ ਕਲੀਅਰ ਨਹੀਂ ਹੋਇਆ ਹੈਗਾ ਵੈਸੇ ਤਾਂ ਲੋਕਾਂ ਦਾ ਇੱਥੇ ਜੋ ਜਿਹੜੇ ਕੋਈ ਰਾਹੀ ਦੇ ਉਹਦਾ ਕਹਿੰਦੇ ਵੀ ਸ਼ਾਇਦ ਇੱਕ ਮੁੰਡੇ ਦੀ ਡੈਥ ਹੋ ਗਈ ਪਰ ਪਤਾ ਨਹੀਂ ਕਲੀਅਰ ਤਾਂ ਹੋਸਪਿਟਲ ਜਾ ਕੇ ਪਤਾ ਲੱਗਿਆ